ਜ਼ਿਲ੍ਹਾ ਮੋਗਾ ਦੇ ਪਿੰਡ ਧੋਕੇ ਦੇ ਕਿਸਾਨ ਨੇ ਆਪਣੇ ਖੇਤ 'ਚ ਹੀ ਬਣਾਇਆ ਬਾਬਾ ਨਾਨਕ ਵਿਰਾਸਤੀ ਜੰਗਲ। ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਅਲੋਪ ਹੋ ਰਹੇ ਪੰਛੀਆਂ ਲਈ ਰਹਿਣ ਬਸੇਰਿਆਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਮੋਗਾ ਦੇ ਪਿੰਡ ਨੱਥੋਕੇ ਦੇ ਕਿਸਾਨ ਸੁਰਜੀਤ ਸਿੰਘ ਨੇ ਆਪਣੀ ਅੱਧਾ ਏਕੜ ਜ਼ਮੀਨ ਵਿੱਚ ਅਜਿਹੇ ਪੌਦੇ ਲਗਾਏ ਹਨ ਜਿਸ ਦੀ ਉਹ ਕਮਾਈ ਤਾਂ ਨਹੀਂ ਖਾ ਸਕਦਾ ਪਰ ਆਮ ਲੋਕਾਂ ਨੂੰ ਕੁਦਰਤੀ ਆਕਸੀਜਨ ਦਾ ਲਾਭ ਜ਼ਰੂਰ ਦੇਵੇਗਾ। ਇਸ ਕਿਸਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਬਾਬਾ ਨਾਨਕ ਵਿਰਾਸਤੀ ਜੰਗਲ ਦਾ ਨਿਰਮਾਣ ਬੀਡ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਹੈ। ਸੁਰਜੀਤ ਸਿੰਘ ਨੇ ਦੇਖਿਆ ਕਿ ਪੰਜਾਬ ਦਾ ਵਾਤਾਵਰਨ ਦਿਨ ਬ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ ਅਤੇ ਪੰਛੀਆਂ ਦੇ ਰਹਿਣ ਬਸੇਰੇ ਵੀ ਤਬਾਹ ਹੁੰਦੇ ਜਾ ਰਹੇ ਹਨ। ਇਸ ਲਈ ਉਸਨੇ ਆਪਣੇ ਖੇਤ ਵਿੱਚ ਕਰੀਬ 70 ਪ੍ਰਜਾਤੀਆਂ ਦੇ 200 ਅਜਿਹੇ ਪੌਦੇ ਲਗਾਉਣੇ ਸ਼ੁਰੂ ਕੀਤੇ ਹਨ ਜਿੱਥੇ ਪੰਛੀ ਆਪਣਾ ਆਲ੍ਹਣਾ ਪਾ ਸਕਣਗੇ ਅਤੇ ਵਾਤਾਵਰਨ ਵੀ ਸ਼ੁੱਧ ਰਹੇਗਾ। ਉਸਨੇ ਇਸ ਜੰਗਲ ਦਾ ਨਾਮ ਬਾਬਾ ਨਾਨਕ ਵਿਰਾਸਤੀ ਜੰਗਲ ਰੱਖਿਆ ਹੈ। ਇਸ ਵਿਰਾਸਤੀ ਜੰਗਲ ਬਣਾਉਣ ਵਿੱਚ ਉਸਨੇ ਬੀੜ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਦੀ ਮਦਦ ਲਈ ਅਤੇ ਅੱਜ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਸ ਜੰਗਲ ਨੂੰ ਵਿਕਸਿਤ ਕਰ ਰਿਹਾ ਹੈ। ਕਿਸਾਨ ਦੇ ਬੇਟੇ ਗਗਨਦੀਪ ਸਿੰਘ ਨੇ ਦੱਸਿਆ ਕਿ ਜੋ ਪੌਦੇ ਉਹ ਲਗਾ ਰਹੇ ਹਨ ਉਹਨਾਂ ਦੀ ਲੱਕੜ ਸਿਰਫ ਬਾਲਣ ਦੇ ਕੰਮ ਹੀ ਆਵੇਗੀ। ਉਹ ਇਸ ਜੰਗਲ ਵਿੱਚੋਂ ਕਿਸੇ ਵੀ ਕਿਸਮ ਦਾ ਕੋਈ ਮੁਨਾਫਾ ਨਹੀਂ ਕਮਾ ਰਹੇ ਸਗੋਂ ਸਿਰਫ ਲੋਕਾਂ ਲਈ ਆਕਸੀਜਨ ਦੀ ਫੈਕਟਰੀ ਲਗਾ ਰਹੇ ਹਨ ਅਤੇ ਅਲੋਪ ਹੋ ਰਹੇ ਪੰਛੀਆਂ ਦੀ ਚਹਿਚਹਾਉਂਦੀ ਸੁਰੀਲੀ ਆਵਾਜ਼ ਸੁਣਨ ਦਾ ਪ੍ਰਬੰਧ ਕਰ ਰਹੇ ਹਨ। ਉਹਨਾਂ ਕਿਹਾ ਕਿ ਹਰ ਕਿਸਾਨ ਨੂੰ ਆਪਣੇ ਖੇਤ ਵਿੱਚ ਘੱਟੋ ਘੱਟ ਕੁਝ ਮਰਲੇ ਥਾਂ ਅਜਿਹੇ ਜੰਗਲ ਬਣਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸ਼ੁੱਧ ਵਾਤਾਵਰਨ ਅਤੇ ਸਾਫ਼ ਹਵਾ ਮਿਲ ਸਕੇ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਗਗਨਦੀਪ ਦੇ ਪਰਿਵਾਰ ਨੂੰ ਸਜਦਾ ਕਰਦੇ ਹਾਂ। ਆਪਾਂ ਦੇਖਦੇ ਹਾਂ ਜ਼ਿਮੀਂਦਾਰ ਇੱਕ ਮਰਲਾ ਨਹੀਂ ਛੱਡਦਾ ਅਤੇ ਇਹਨਾਂ ਨੇ 4 ਕਨਾਲਾਂ ਜ਼ਮੀਨ ਜਿਹਦੀ 30-35 ਹਜ਼ਾਰ ਠੇਕਾ ਇਸ ਟਾਈਮ ਆਉਂਦਾ ਹੋਊਗਾ ਅਤੇ ਇੱਕ ਜੰਗਲ ਲਈ ਛੱਡੀ ਹੈ। ਅਤੇ ਅਪੀਲ ਵੀ ਅਸੀਂ ਤੁਹਾਡੇ ਚੈਨਲ ਥਰੂ ਸਾਰੇ ਪੰਜਾਬੀਆਂ ਨੂੰ ਕਰਨੀ ਚਾਹੁੰਦੇ ਹਾਂ ਵੀ ਆਪਣੇ 5-4 ਮਰਲੇ ਹੀ ਭਾਵਾਂ ਜ਼ਰੂਰ ਖੇਤ ਦੇ ਵਿੱਚ ਲਾਈਏ। ਰੱਤੀ ਰੋੜੀ ਪਿੰਡ ਅਸੀਂ ਪਿਛਲੇ ਮਹੀਨੇ 18 ਤਰੀਕ ਨੂੰ 2 ਕਿੱਲੇ ਜੰਗਲ ਲਾਇਆ। ਉਹ ਪੰਚਾਇਤੀ ਜ਼ਮੀਨ 'ਚ ਲਾਇਆ, ਇਹ ਸਰਪੰਚ ਸਾਹਿਬ ਨਾਲ ਆਇਆ ਅਤੇ ਸਾਰੇ ਸਰਪੰਚਾਂ ਨੂੰ ਅਪੀਲ ਆ ਵੀ ਜਿਹੜੇ 550 ਬੂਟਾ ਇੱਕ ਪਿੰਡ ਨੂੰ ਮਿਲਿਆ ਉਹਦੀ ਆਪਾਂ ਸੰਭਾਲ ਜ਼ਰੂਰ ਕਰੀਏ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ। ਤਾਂ ਅੱਜ ਜਿਹੜਾ 1/2 ਕਿੱਲੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਨੱਥੋਕੇ ਵਿਖੇ ਨਿੱਜੀ ਜ਼ਮੀਨ ਦੇ ਉੱਤੇ ਕਿਸਾਨ ਸੁਰਜੀਤ ਸਿੰਘ ਆ, ਉਹਨਾਂ ਦੇ ਬੇਟੇ ਗਗਨ, ਉਹਨਾਂ ਦੀ ਇਹ ਜਗ੍ਹਾ ਦੇ ਵਿੱਚ ਮਿਕਸਡ ਫੋਰੈਸਟ ਜਿਹਦੇ ਵਿੱਚ 70 ਪ੍ਰਜਾਤੀਆਂ ਦੇ ਬੂਟੇ ਅੱਜ ਲੱਗ ਰਹੇ ਆ, ਲਗਭਗ ਇੱਥੇ 200 ਬੂਟਾ ਲੱਗੂਗਾ, ਤਾਂ ਉਹ ਅੱਜ ਇਹ ਇੱਕ ਵਿਰਾਸਤੀ ਜੰਗਲ ਬਣਾਇਆ ਜਾ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ। ਅਤੇ ਇਹ ਕੋਸ਼ਿਸ਼ ਹੈਗੀ ਹੈ ਸਾਡੀ ਕਿ ਇੱਥੇ ਜਿਹੜੇ ਵਾਤਾਵਰਨ ਨੂੰ ਇਹ ਸਮਰਪਿਤ ਹੋਵੇ ਅਤੇ ਜਿਹੜੀ ਇਹਦੇ ਵਿੱਚੋਂ ਆਮਦਨ ਇਹਨਾਂ ਨੇ ਛੱਡੀ ਹੈ, ਸਾਰੀ ਆਮਦਨ ਛੱਡ ਕੇ ਸਾਰਾ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਸਾਰੀ ਜਿਹੜੀ ਜਗ੍ਹਾ ਪੰਛੀਆਂ ਵਾਸਤੇ ਜਾਂ ਕੁਦਰਤ ਨੂੰ ਇਹਨਾਂ ਨੇ ਸਮਰਪਿਤ ਹੋਏ ਆ ਇਹ ਜਗ੍ਹਾ 'ਤੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਹਿਬ, ਅੱਜ ਨੱਥੋਕੇ ਪਿੰਡ ਦੇ ਵਿੱਚ ਇੱਕ ਮਿੰਨੀ ਆਕਸੀਜਨ ਕਾਰਖਾਨਾ ਲੱਗਣ ਜਾ ਰਿਹਾ, ਕੀ ਕਹੋਗੇ ਤੁਸੀਂ? ਦੇਖੋ ਜੀ, ਇਹ ਮੁੰਡੇ ਗਗਨਦੀਪ ਸਿੰਘ ਜਿਹਨਾਂ ਦਾ ਖੇਤ ਹੈ, ਮੈਂ ਇਹਨਾਂ ਨੂੰ ਸ਼ਾਬਾਸ਼ ਪਹਿਲੀ ਗੱਲ ਤਾਂ ਦਿੰਦਾ ਕਿ ਜਿਹਨਾਂ ਨੇ ਇਹ ਇੱਕ ਆਪਣਾ 30-35 ਹਜ਼ਾਰ ਦਾ ਸਾਲ ਦਾ ਜਾਂ ਠੇਕਾ ਛੱਡ ਕੇ ਅਤੇ ਇਸ ਇੱਧਰ ਵੱਲ ਮੁੜਿਆ ਹੈ, ਅਤੇ ਬਹੁਤ ਚੰਗਾ ਉਪਰਾਲਾ ਹੈ। ਤਾਂ ਇਹਦੇ ਨਾਲ ਸਾਨੂੰ ਜਿਹੜਾ ਵੀ ਹਵਾ, ਜਿਹੜੀ ਹਵਾ ਬਹੁਤ ਇੰਨੀ ਪੋਲਿਊਟਡ ਹੋ ਚੁੱਕੀ ਹੈ ਅਤੇ ਉਹ ਸ਼ੁੱਧ ਹਵਾ ਮਿਲੂਗੀ ਤਾਂ ਉਹ ਸਾਡੀ ਸਿਹਤ ਜੋ ਉਹ ਵਧੀਆ ਹੋਏਗੀ, ਔਰ ਜਿਹੜੀਆਂ ਬਿਮਾਰੀਆਂ ਕੈਂਸਰ ਦੀਆਂ, ਹੋਰ ਅੱਖਾਂ ਦੀਆਂ ਬਿਮਾਰੀਆਂ, ਗਲੇ ਦੀਆਂ ਬਿਮਾਰੀਆਂ, ਔਰ ਦਮਾਂ ਵਗੈਰਾ ਜਿਹੜੀਆਂ ਹਵਾ ਦੁਆਰਾ ਹੁੰਦੀਆਂ, ਗੰਦੀ ਹਵਾ ਦੁਆਰਾ, ਉਹ ਸਭ ਅੱਗੋਂ ਇੰਪਰੂਵ ਹੋਣ ਦੀ ਜੇ ਚਾਂਸਿਸ ਹੈਗੇ ਆ, ਤਾਂ ਇਸ ਲਹਿਰ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਬੱਚੇ, ਇਹ ਅਸੀਂ ਤਾਂ ਇਹ ਆਸ਼ੀਰਵਾਦ ਦਿੰਦੇ ਹਾਂ। ਸਾਰੇ ਜੀ ਪੰਛੀਆਂ ਦੇ ਦੇਖੇ ਜੀ ਮਾੜੇ ਹਾਲਾਤ,
ਇੱਥੇ ਸ਼ਾਮ ਵੱਲੋਂ ਪੰਜ ਛੇ ਮਰੀਜ਼ ਆਉਂਦੇ ਹੈਗੇ ਆ ਜੀ, ਜਿਨ੍ਹਾਂ ਦੀ ਰਿਹਾਇਸ਼ ਕੋਈ ਨਹੀਂ ਗੀ। ਪਹਿਲਾਂ ਪੁਰਾਣੇ ਕੱਚੇ ਘਰ ਸੀਗੇ ਅਤੇ ਉਹ ਜਾਨਵਰ ਰਹੀ ਜਾਂਦੇ ਸੀਗੇ ਜੀ। ਹੁਣ ਸਾਰਿਆਂ 'ਤੇ ਲੈਂਟਰ ਪਾਏ ਗਏ ਹੈਗੇ ਜੀ, ਛੱਤਾਂ ਖਤਮ ਹੋ ਗਈਆਂ ਕਾਨੇ ਵਾਲੀਆਂ, ਫਿਰ ਤਾਂ ਕਰਕੇ ਪੰਛੀਆਂ ਦੀ ਰਿਹਾਇਸ਼ ਵਾਸਤੇ ਉਹਨਾਂ ਦੇ ਬਚਾਅ ਵਾਸਤੇ ਜੀ ਇਹ ਜਿਹੜੇ ਹੈਗੇ ਦਰੱਖਤ ਲਵਾ ਰਹੇ ਹਾਂ ਜੀ। ਇਹਦੇ ਵਿੱਚ ਕੋਈ ਵੀ ਦਰੱਖਤ ਇੱਦਾਂ ਦਾ ਨਹੀਂ ਗਾ ਜਿਹਦੀ ਕੱਲ੍ਹ ਨੂੰ ਲੱਕੜ ਕੰਮ ਆ ਸਕੇ, ਵੀ ਕੋਈ ਲਾਲਚ ਨਾਲ ਨਹੀਂ ਇਹ ਲਗਾਏ ਜਾ ਰਹੇ ਬੂਟੇ, ਇਹ ਸਾਰੇ ਪੰਛੀਆਂ ਦੀ ਰਿਹਾਇਸ਼ ਵਾਸਤੇ ਲਵਾਏ ਜਾ ਰਹੇ। ਤੁਹਾਨੂੰ ਐਸੀ ਜਗ੍ਹਾ ਦੀ ਜਗ੍ਹਾ ਠੇਕਾ ਵੀ ਆਉਂਦਾ ਸੀ 30-35 ਹਜ਼ਾਰ ਰੁਪਇਆ ਜਾਂ 50 ਹਜ਼ਾਰ ਜਿੰਨਾ ਵੀ ਆਉਂਦਾ ਸੀ, ਉਹ ਤੁਹਾਡੀ ਇਨਕਮ ਸਾਰੀ ਤੁਸੀਂ ਬੰਦ ਕਰ ਰਹੇ ਹੋ ਆਪਣੇ? ਨਹੀਂ ਜੀ, ਇਨਕਮ ਦੇ ਹੋਰ ਬਹੁਤ ਸੋਰਸ ਹੋ ਜਾਂਦੇ ਹੈਗੇ ਆ ਜੀ। ਇਹਦੇ ਮੰਨ ਕੇ ਚੱਲੋ ਵੀ ਜਿਹੜਾ ਅੱਧਾ ਕਿੱਲਾ ਇਹਦੇ ਨਾਲ ਕੋਈ ਐਡਾ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ 20-30 ਹਜ਼ਾਰ ਨਾਲ, ਪਰ ਜਿਹੜੀ ਪੰਛੀਆਂ ਦੀ ਜਾਨ ਆ ਉਹ ਜ਼ਿਆਦਾ ਕੀਮਤੀ ਆ 20-30 ਹਜ਼ਾਰ ਤੋਂ ਜੀ, ਅਤੇ ਤਾਂ ਕਰਕੇ ਫਿਰ ਛੱਡ ਕੇ ਅਸੀਂ ਠੇਕਾ ਅਤੇ ਇੱਥੇ ਇਕੱਲੇ ਪੌਦੇ ਲਵਾ ਰਹੇ ਹਾਂ। ਵਾਤਾਵਰਨ ਬੜਾ ਦੂਸ਼ਿਤ ਹੋ ਰਿਹਾ। ਹਾਂਜੀ ਬਿਲਕੁਲ ਜੀ, ਇਹ ਤਾਂ ਹੁਣ ਜਿੱਦਾਂ ਰੋਡ ਚੌੜੇ ਹੋ ਰਹੇ ਆ ਅਤੇ ਦਰੱਖਤ ਸਾਰੇ ਕੱਟੇ ਜਾ ਰਹੇ ਜੀ, ਰੋਡਾਂ ਤੋਂ ਸਾਰੇ ਸਾਫ਼ ਹੋ ਚੁੱਕੇ ਹੈਗੇ ਪੰਜਾਬ ਦੇ ਵਿੱਚ, ਅਤੇ ਇੱਕ ਛੋਟਾ ਜਿਹਾ ਉਪਰਾਲਾ ਇਹ ਸਟਾਰਟਿੰਗ ਕੀਤੀ ਹੈਗੀ ਆ ਸਾਡੇ ਬਾਘੇ ਪੁਰਾਣੇ ਏਰੀਆ 'ਚ, ਮੇਰੇ ਖਿਆਲ 'ਚ ਪਹਿਲਾਂ ਇਹ ਜੰਗਲ ਲੱਗ ਰਿਹਾ ਹੈਗਾ ਜ਼ਿਲ੍ਹੇ 'ਚ ਪਹਿਲਾਂ ਲੱਗ। ਹਾਂਜੀ ਬਿਲਕੁਲ ਜੀ ਬਿਲਕੁਲ, ਅਤੇ ਫਿਰ ਹੋ ਸਕਦਾ ਦੇਖ ਕੇ ਕੋਈ ਹੋਰ ਵੀ ਲਾਵੇ, ਤਾਂ ਕਰਕੇ ਸ਼ੁਰੂਆਤ ਇੱਕ ਕੀਤੀ ਹੈਗੀ, ਅੱਗੇ ਦੇਖੋ ਕਿੱਥੋਂ ਤੱਕ ਚੱਲਦਾ।